ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਜੁੜ ਬਿੜ ਕੇ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਸਮੁੱਚੇ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਕਾਲ ਚੈਨਲ ਦੇ ਸਾਰੇ ਸਟਾਫ ਦਰਸ਼ਕਾਂ, ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜੋ ਸਮੇਂ ਸਮੇਂ ਇੱਥੇ ਬੁਲਾਉਂਦੇ ਰਹੇ ਆ। ਮੈਂ ਪਹਿਲੀ ਕਵਿਤਾ ਅਕਾਲ ਚੈਨਲ ਦੇ ਉੱਤੇ ਬੋਲਣ ਲੱਗਾ। ਮੈਂ ਢੇਸੀ ਸਾਹਿਬ ਤੋਂ ਮਨਜ਼ੂਰੀ ਲੈ ਰਹੀ ਆ, ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਵਾਲੀ ਵੀ ਪੜ੍ਹ ਦਿਓ ਅਤੇ ਇਹ ਵੀ ਪੜ੍ਹ ਦਿਓ। ਹਾਂਜੀ, ਅਕਾਲ ਚੈਨਲ ਦੀ ਜਿਹੜੀ 11ਵੀਂ ਵਾਰੀ ਗੰਢ ਮਨਾ ਰਹੀ ਹਾਂ, ਇਹਦੇ ਵਿੱਚ ਸਾਰੇ ਪ੍ਰਜੈਂਟਰਾਂ ਦਾ ਸਾਰਿਆਂ ਦਾ ਨਾਂ ਲਿਖਣਾ ਹੋਵੇ ਤਾਂ ਮੇਰਾ ਖਿਆਲ ਆ ਮੈਨੂੰ ਤੁਸੀਂ ਅੱਧਾ ਘੰਟਾ ਦੇਣਾ ਸੀ ਬੋਲਣ ਲਈ, ਪਰ ਉਸਨੂੰ ਸੰਕੋਚ ਕਰਕੇ ਜਿਵੇਂ ਜਗਜੀਤ ਸਿੰਘ ਹੋਣਾ ਨੇ ਅੱਜ ਦੇ ਪੱਤਰਕਾਰੀ ਦੀ ਗੱਲ ਕੀਤੀ ਹੈਗੀ ਆ, ਜਿਹੜੇ ਸੱਜਣ ਇੱਥੇ ਸਿੱਖੀ ਸਿਧਾਂਤ ਦੇ ਉੱਤੇ ਪਹਿਰਾ ਦੇ ਰਹੇ ਆ ਔਰ ਡਟ ਕੇ ਪਹਿਰਾ ਦੇ ਰਹੇ ਆ, ਮੈਂ ਉਹਨਾਂ ਦਾ ਨਾਂ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਆ। ਬਾਕੀ ਸਾਰੇ ਪ੍ਰੋਗਰਾਮ ਚੈਨਲਾਂ ਦੇ ਵਿੱਚ ਵੀ ਇੱਕ ਚੈਨਲ ਮਹਾਨ ਜੀ, ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਅਕਾਲ ਦੇ ਸਿਧਾਂਤ ਦਾ ਉਹ ਰੱਖਦਾ ਧਿਆਨ ਜੀ, ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ। ਅਕਾਲ ਤਖ਼ਤ ਕੋਲੋਂ ਆਸ਼ੀਰਵਾਦ ਲੈ ਕੇ ਆਇਆ ਸੀ, ਅਕਾਲ ਤਖ਼ਤ ਕੋਲੋਂ ਆਸ਼ੀਰਵਾਦ ਲੈ ਕੇ ਆਇਆ ਸੀ ਬਈ ਅਮਰੀਕ ਸਿੰਘ ਕੂਨਰ 'ਤੇ ਧਿਆਨ ਫਿਰ ਟਿਕਾਇਆ ਸੀ। ਪੈਸੇ ਧੇਲੇ ਵਾਲਾ ਹੋਵੇ ਕੋਈ ਇਨਸਾਨ ਜੀ, ਅਤੇ ਚੈਨਲਾਂ ਦੇ ਵਿੱਚੋਂ ਇੱਕ ਚੈਨਲ ਮਹਾਨ ਜੀ। ਮਹਿੰਦਰ ਸਿੰਘ ਖਹਿਰਾ ਕੁਇੰਟਰੀ ਤੋਂ ਚੱਲ ਆਉਂਦਾ ਹੈ, ਮਹਿੰਦਰ ਸਿੰਘ ਖਹਿਰਾ ਬਈ ਕੁਇੰਟਰੀ ਤੋਂ ਚੱਲ ਆਉਂਦਾ ਹੈ ਅਤੇ ਸਿੱਖੀ ਦੇ ਸਿਧਾਂਤ ਉੱਤੇ ਚਾਨਣਾ ਉਹ ਪਾਉਂਦਾ ਹੈ। ਜਗਜੀਤ ਸਿੰਘ ਉਸਦੇ ਕੋਲੋਂ ਪੁੱਛੇ ਡੂੰਘੇ ਜੇ ਬਿਆਨ ਜੀ, ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ। ਅਵਤਾਰ ਸਿੰਘ ਪੱਤਰਕਾਰ ਵਾਲਸਲ ਰਹਿੰਦਾ ਹੈ, ਅਵਤਾਰ ਸਿੰਘ ਪੱਤਰਕਾਰ ਵੀ ਵਾਲਸਲ ਰਹਿੰਦਾ ਹੈ, ਸੱਚੀਆਂ ਸੁਣਾਉਂਦਾ, ਸੱਚੀ ਸੱਚੀ ਗੱਲ ਕਹਿੰਦਾ ਹੈ, ਕੌੜੀ ਗੱਲ ਵਿੱਚ ਕਹਿੰਦਾ ਹੁੰਦਾ ਅਪਮਾਨ ਜੀ, ਦੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ। ਕਿਰਨਪ੍ਰੀਤ ਕੌਰ ਮਾਈ ਭਾਗੋ ਵਾਂਗੂ ਗੱਜਦੀ, ਝੂਠ ਹੋਵੇ ਤਾਂ ਮੈਨੂੰ ਦੱਸ ਦਿਓ ਢੇਸੀ ਸਾਹਿਬ। ਕਿਰਨਪ੍ਰੀਤ ਕੌਰ ਮਾਈ ਭਾਗੋ ਵਾਂਗੂ ਗੱਜਦੀ, ਚੈਨਲ ਦੇ ਉੱਤੇ ਸਦਾ ਗੱਲ ਕਰੇ ਚੱਜਦੀ, ਔਰਤਾਂ ਦੇ ਰੋਲ ਵਾਲਾ ਲੈਂਦੀ ਸਨਮਾਨ ਜੀ, ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ। ਚੈਨਲ ਦੇ ਨਾਲ ਬਈ ਦਰਬਾਰ ਸਾਹਿਬ ਸਜਾਇਆ ਹੈ, ਚੈਨਲ ਦੇ ਨਾਲ ਦਰਬਾਰ ਸਾਹਿਬ ਸਜਾਇਆ ਹੈ, ਸਿੱਖੀ ਨੂੰ ਚਲਾਉਣ ਵਾਲਾ ਗੱਦੀ 'ਤੇ ਬਿਠਾਇਆ ਹੈ, ਚੌਰ ਸਾਹਿਬ ਨਾਲ ਉਹਦਾ ਹੁੰਦਾ ਸਨਮਾਨ ਜੀ, ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ। ਰਾਗੀ ਢਾਡੀ ਕੀਰਤਨੀਏ ਵੀ ਇੱਥੇ ਸ਼ਰਨ ਹੈ ਪਾਉਂਦੇ, ਰਾਗੀ ਢਾਡੀ ਕੀਰਤਨੀਏ ਵੀ ਇੱਥੇ ਸ਼ਰਨ ਹੈ ਪਾਉਂਦੇ, ਸ਼ਾਨੋ ਸ਼ੌਕਤ ਨਾਲ ਕਵੀ ਦਰਬਾਰ ਸਜਾਏ ਜਾਂਦੇ, ਸੱਚ 'ਤੇ ਬੋਲਣ ਲਈ ਖੁੱਲ੍ਹੀ ਰਹੇ ਜ਼ਬਾਨ ਜੀ, ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ। ਸਿਆਸਤਦਾਨਾਂ ਦੇ ਬੋਲਣ ਲਈ ਖੁੱਲ੍ਹਾ ਇੱਥੇ ਅਖਾੜਾ ਹੈ, ਭੋਗਲ ਸਾਹਿਬ ਬੈਠੇ ਆ, ਸਿਆਸਤਦਾਨਾਂ ਦੇ ਬੋਲਣ ਲਈ ਬਈ ਖੁੱਲ੍ਹਾ ਇੱਥੇ ਖੜਾ ਹੈ,
ਭਾਰਤ ਦੀ ਸਰਕਾਰ ਨੇ ਕੀਤਾ ਇੱਕੋ ਹੀ ਕੰਮ ਮਾੜਾ ਹੈ, ਇਸ 'ਤੇ ਰੋਕਾਂ ਲਾ ਕੇ ਇਸ ਨੂੰ ਸਮਝ ਲਈ ਨਿਦਾਨ ਜੀ। ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਅਕਾਲ ਏਡ ਵਾਲਿਆਂ ਨੇ ਡੇਰਾ ਇੱਥੇ ਲਾ ਲਿਆ, ਅਕਾਲ ਏਡ ਵਾਲਿਆਂ ਨੇ ਬਈ ਡੇਰਾ ਇੱਥੇ ਲਾ ਲਿਆ, ਰਵੀ ਸਿੰਘ ਵਾਂਗ ਉਹਨਾਂ ਨਾਮ ਹੈ ਕਮਾ ਲਿਆ, ਕਰੀ ਜਾਂਦੇ ਕੰਮ ਜਿੰਨਾ ਉਹਨਾਂ ਵਿੱਚ ਤਾਣ ਜੀ। ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਠੀਕ ਹੈ ਮਠਾਕ ਸਾਹਿਬ। ਹੋਰ ਵੀ ਬਥੇਰੇ ਪ੍ਰੋਗਰਾਮ ਹਨ ਚੱਲਦੇ, ਹੋਰ ਵੀ ਬਥੇਰੇ ਪ੍ਰੋਗਰਾਮ ਹਨ ਚੱਲਦੇ, ਅਤੇ ਮਸਲੇ ਹੈ ਹੱਲ ਕਰੀ ਜਾਂਦੇ ਅੱਜ ਕੱਲ੍ਹ ਦੇ, ਦਾਨ ਦੇਣ ਵਾਲਿਆਂ ਲਈ ਹੈ ਖੁੱਲ੍ਹਾ ਆਉਣ ਜਾਣ ਜੀ। ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਅੱਗੇ ਹੈ ਕਿ ਕਦੇ ਕਦੇ ਮੈਨੂੰ ਵੀ ਨਾ, ਅਗਲਾ ਹੈਗਾ ਸੱਚੀ ਗੱਲ ਉਦੋਂ ਮੰਦਰ ਕੋਲੋਂ ਲਿਖੀ ਜਾਂਦੀ ਹੈ, ਸੱਚੀ ਗੱਲ ਉਦੋਂ ਮੰਦਰ ਕੋਲੋਂ ਲਿਖੀ ਜਾਂਦੀ ਹੈ, ਸੱਚੇ ਪਾਤਸ਼ਾਹ ਦੀ ਜਦੋਂ ਯਾਦ ਪਈ ਸਤਾਉਂਦੀ ਹੈ, ਅਕਾਲ ਦੇ ਸਹਾਰੇ ਜਦੋਂ ਹੋਣ ਮਿਹਰਬਾਨ ਜੀ। ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਕਦੇ ਕਦੇ ਮੈਨੂੰ ਵੀ ਇਹ ਚੈਨਲ ਉੱਤੇ ਬੁਲਾਉਂਦੇ, ਕਦੇ ਕਦੇ ਮੈਨੂੰ ਵੀ ਇਹ ਚੈਨਲ ਉੱਤੇ ਬੁਲਾਉਂਦੇ, ਮੇਰੇ ਵਰਗੇ ਬੁਲਾਰਿਆਂ ਨੂੰ ਹੈ ਜੱਫੀ ਪਾਗਲ ਲਾਉਂਦੇ, ਮਿੱਠ ਬੋਲੜੇ ਸਟਾਫ ਦੇ ਮੈਂਬਰ ਕਰਦੇ ਨਹੀਂ ਗੁਮਾਨ ਜੀ। ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਅਗਲਾ ਬੰਦਾ ਹੈ ਅਕਾਲ ਦੇ ਹੁਕਮ ਨਾਲ ਰਹਿਣਾ ਸਦਾ ਚੱਲਦਾ, ਅਕਾਲ ਦੇ ਹੁਕਮ ਨਾਲ ਰਹਿਣਾ ਸਦਾ ਚੱਲਦਾ, ਰੋਕਾਂ ਟੋਕਾਂ ਵਿੱਚ ਵੀ ਇਹ ਰਹਿੰਦਾ ਸਦਾ ਮਲਦਾ, ਕੌਮ ਦੀਆਂ ਲੋੜਾਂ ਨੂੰ ਜੋ ਕਰਦਾ ਬਿਆਨ ਜੀ। ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਸੋ ਆਖਰੀ ਬੰਦਾ ਢੇਸੀ ਸਾਹਿਬ, ਮੈਨੂੰ ਨਹੀਂ ਪਤਾ ਕਿ ਮੈਂ ਸੱਚ ਝੂਠ ਬੋਲਿਆ, ਮੈਨੂੰ ਨਹੀਂ ਪਤਾ ਚੈਨਲ ਦੇ ਬਾਰੇ ਕਿ ਮੈਂ ਸੱਚ ਝੂਠ ਬੋਲਿਆ, 13-13 ਵਾਲੀ ਤੁਸੀਂ ਤੱਕੜੀ 'ਚ ਤੋਲਿਆ, ਉਸੇ ਦਾ ਇਸ਼ਾਰਾ ਅਤੇ ਉਸੇ ਦੀ ਕਮਾਨ ਜੀ। ਅਤੇ ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਚੈਨਲਾਂ ਦੇ ਵਿੱਚ ਇੱਕ ਚੈਨਲ ਮਹਾਨ ਜੀ, ਹੁਣ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੇਰੀ ਕਵਿਤਾ ਹੈ ਮੇਰਾ ਇਸ਼ਟ, ਮੇਰਾ ਧਰਮ ਮੇਰਾ ਇਸ਼ਟ ਕੀ ਆ, ਮੇਰੀ ਹੱਥ ਬੰਨ ਬੰਦਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਿਆਰੇ, ਮੇਰੀ ਹੱਥ ਬੰਨ ਬੰਦਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਿਆਰੇ, ਤੇਰੀ ਸਿੱਖਿਆ ਦੇ ਉੱਤੋਂ ਜਾਵਾਂ ਲੱਖ ਵਾਰੀ ਬਲਿਹਾਰੇ, ਇੱਕ ਮਨ ਚਿੱਤ ਹੋ ਪੜੀਏ ਕਦੇ ਨਾ ਤੱਤੀਆਂ ਲੱਗਣ ਹਵਾਵਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਤ ਦਿਨ ਦੋ ਵੇਲੇ ਉੱਠ ਤਿਆਵਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਤ ਦਿਨ ਦੋ ਵੇਲੇ ਉੱਠ ਤਿਆਵਾਂ। ਇਹ ਹੈ ਗੁਰੂਆਂ ਦੀ ਬਾਣੀ ਜੋ ਹੈ ਧੁਰਦਰ ਗਾਹੋਂ ਆਈ, ਵਿੱਚ ਭਗਤਾਂ ਭੱਠਾਂ ਨੇ ਆਪਣੇ ਸੱਚ ਦੀ ਸੋਚ ਮਿਲਾਈ, ਸੰਡ ਸੀਨੇ ਪੈਂਦੀ ਹੈ ਜਦੋਂ ਮੈਂ ਇਸ ਦੀ ਜੋਤ ਜਗਾਵਾਂ, ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਤ ਦਿਨ ਦੋ ਵੇਲੇ ਉੱਠ ਤਿਆਵਾਂ। ਇਹਨੂੰ ਪੜ੍ਹ ਪੜ੍ਹ ਕੇ ਬੰਦਾ ਇੱਕ ਦਿਨ ਭਵ ਸਾਗਰ ਤਰ ਜਾਂਦਾ, ਇਹਨੂੰ ਪੜ੍ਹ ਪੜ੍ਹ ਕੇ ਬੰਦਾ ਵੀ ਇੱਕ ਦਿਨ ਭਵ ਸਾਗਰ ਤਰ ਜਾਂਦਾ, ਨਾ ਨਰਕਾਂ ਸੁਰਗਾਂ ਦਾ ਉਸ ਨੂੰ ਕਦੇ ਵੀ ਕਹਿਰ ਸਤਾਉਂਦਾ, ਸੱਚ ਖੰਡ ਨੂੰ ਤੁਰ ਜਾਵੇ ਜਿਸ 'ਤੇ ਹੋਣ ਮਿਹਰ ਦੀਆਂ ਦਾਵਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਤ ਦਿਨ ਦੋ ਵੇਲੇ ਉੱਠ ਤਿਆਵਾਂ। ਇਹ ਗਿਆਨ ਦਾ ਸਾਗਰ ਹੈ, ਇਹ ਗਿਆਨ ਦਾ ਸਾਗਰ ਹੈ, ਇਸ ਦੀ ਸਿੱਖਿਆ ਅਦਬ ਅਦਾਬੀ, ਹਰ ਮੁਸ਼ਕਲ ਦਾ ਹੱਲ ਇਹ, ਇਹ ਹਰ ਸੁੱਖਾਂ ਦੀ ਚਾਬੀ, ਇਹ ਗਿਆਨ ਵਿਹੂਣਿਆਂ ਨੂੰ ਹੱਸ ਕੇ ਲੈਂਦੀ ਵਿੱਚ ਕਲਾਵਾਂ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਤ ਦਿਨ ਦੋ ਵੇਲੇ ਉੱਠ ਧਿਆਵਾਂ। ਇਹ ਸ਼ਕਤੀ ਬਾਣੀ ਜੀ ਜੋ ਕੌੜੇ ਰੀਠੇ ਕਰਦੀ ਮਿੱਠੇ, ਇਹ ਕਾਗੋਂ ਹੰਸ ਕਰੇ ਕਰਦੀ ਗੰਧਲੇ ਦਿਲ ਹੈ ਚਿੱਠੇ, ਇਹ ਪਿੰਗਲੇ ਤਾਰ ਦੇਵੇ ਫਿਰ ਮੈਂ ਕਿਉਂ ਨਾ ਸੀਸ ਝੁਕਾਵਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਤ ਦਿਨ ਦੋ ਵੇਲੇ ਉੱਠ ਧਿਆਵਾਂ। ਇਹ ਜਾਤਾਂ ਪਾਤਾਂ ਤੋਂ ਸਾਨੂੰ ਉੱਠਣਾ ਉੱਪਰ ਸਿਖਾਉਂਦੀ, ਕਹਿਣੀ ਅਤੇ ਕਰਨੀ ਦੇ ਸੂਰਿਆਂ ਦੀ ਹੈ ਸੁਰਤ ਬਣਾਉਂਦੀ, ਕੱਟ ਦੇਵੇ ਕਸ਼ਟਾਂ ਨੂੰ ਜਿਸ ਨੂੰ ਸੱਚੀਆਂ ਮਿਲਣ ਅਦਾਵਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਤ ਦਿਨ ਦੋ ਵੇਲੇ ਉੱਠ ਧਿਆਵਾਂ। ਇਹ ਡਿੱਗਿਆਂ ਬੰਦਿਆਂ ਨੂੰ ਹਰਦਾਂ ਗਲ ਲਾ ਕੇ ਸਤਿਕਾਰੇ, ਫਿਰ ਅੰਮ੍ਰਿਤ ਬਾਣੀ ਦਾ ਤਪਦੇ ਸਭ ਦੇ ਸੀਨੇ ਠਾਰੇ, ਜਦ ਸੁਰਤੀ ਜੁੜ ਜਾਵੇ ਮੂੰਹੋਂ ਮੰਗੀਆਂ ਮੁਰਾਦਾਂ ਪਾਵਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਤ ਦਿਨ ਦੋ ਵੇਲੇ ਉੱਠ ਧਿਆਵਾਂ। ਇਹ ਬਾਣੀ ਬਾਣੇ ਦਾ ਸਾਨੂੰ ਹੈ ਕਰਨਾ ਕਦਰ ਸਿਖਾਉਂਦੀ, ਇਹ ਭੁੱਲਿਆਂ ਭਟਕਿਆਂ ਨੂੰ ਸੱਚ ਦਾ ਮਾਰਗ ਹੈ ਦਰਸਾਉਂਦੀ, ਇਸ ਦੇ ਸਰਬੱਤ ਦੇ ਭਲੇ ਦੀਆਂ ਮੰਦਰ ਵਾਰਾਂ ਕਿਉਂ ਨਾ ਗਾਵਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਤ ਦਿਨ ਦੋ ਵੇਲੇ ਉੱਠ ਧਿਆਵਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਤ ਦਿਨ ਦੋ ਵੇਲੇ ਉੱਠ ਧਿਆਵਾਂ, ਭੁੱਲਾਂ ਚੁੱਖਾਂ ਦੀ ਖਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।